ਨਾ ਬੜੀ ਓਏ ਹੌਲੀ 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 ਇਹ ਉੱਥੇ ਅਸਲਾਮੋ ਅਲੈਕਮ ਦੋਸਤਾਂ ਅਤੇ ਮਿੱਤਰਾਂ ਅਤੇ ਜਾਨੀਓ, ਕੀ ਹਾਲ ਚਾਲ ਹੈ ਤੁਹਾਡੇ? ਠੀਕ ਹੋ? ਉਮੀਦ ਕਰਦਾ ਸਾਰੇ ਫਿੱਟ ਫਾਟ ਹੋ ਸੋ। ਅਤੇ ਅੱਜ ਦੀ ਮੇਰੀ ਵੀਡੀਓ ਹੈ ਕਿ ਜਨਾਬ ਅੱਜ ਤਕਰੀਬਨ ਇੱਕ ਨਾ ਘੰਟੜਾ ਇੱਕ ਬਾਰਿਸ਼ ਹੋਈ ਹੈ ਚਨਿਓੜ ਦੇ ਵਿੱਚ, ਅਤੇ ਘਾਟੋ ਸਾਰ ਸ਼ਹਿਰ ਦੀ ਲੰਬ ਦਿੱਤੀ ਹੈ। ਪਾਣੀ ਇਤਨਾ ਖਲੋ ਗਿਆ ਕਿ ਜਨਾਬ ਸਕੂਟਰਾਂ ਵਾਲੇ, ਗੱਡੀਆਂ ਵਾਲੇ ਹਰ ਕਈ ਤੰਗ ਹੈ। ਔਰ ਬਾਰਿਸ਼ ਹੋਈ ਨੂੰ ਵੀ ਤਕਰੀਬਨ ਕਮੋ ਪੇਸ਼ ਹੋ 3 ਤੋਂ 4 ਘੰਟੇ ਹੋ ਗਏ, ਹਾਲੇ ਤਾਈਂ ਪਾਣੀ ਨਹੀਂ ਨਿਕਲਿਆ। ਬੜੀ ਕੋਸ਼ਿਸ਼ ਕੀਤੀ ਨੇ ਪਾਣੀ ਨਿਕਲ ਜਾਵੇ, ਲੇਕਿਨ ਪਾਣੀ ਉਹਨਾਂ ਇੱਥੋਂ ਨਹੀਂ ਨਿਕਲਦਾ ਪਿਆ। ਉਹਦੀ ਵਜ੍ਹਾ ਇਹ ਹੈ ਕਿ ਉਹਨਾਂ ਦੇ ਕੋਲ ਪੂਰੇ ਔਜ਼ਾਰ ਹੀ ਨਹੀਂ। ਅਤੇ ਹੁਣ ਮੇਰਾ ਦਿਲ ਹੈ ਵੀ ਰਲ ਕੇ ਚੱਲਦੇ ਹਾਂ, ਚੱਲ ਕੇ ਨਾ ਹਾਲਾਤ ਵੇਖਦੇ ਹਾਂ। ਚਲੋ ਰਲ ਕੇ ਚੱਲਦੇ ਹਾਂ। ਮੈਂ ਆਖਿਆ ਉਦੋਂ ਲੱਗ ਜਾਸਾਂ, ਪਾਣੀ ਕੋਈ ਨਾ ਸੀਗਾ, ਪਰ ਇੱਦਾਂ ਹੀ ਬਾਈ ਧੋਨਪੁਰ 52 ਹੋਈ ਪਈ ਹੈ, ਐਂਡ ਹੋਇਆ ਪਿਆ ਇੱਦਾਂ ਹੀ। ਦੋ ਸਾਈਡਾਂ ਤੋਂ ਟ੍ਰੈਫਿਕ ਜਨਾਬ ਵਾਲੀ ਨਹੀਂ ਪਈ ਚਲਦੀ, ਚਲਦੀ ਪਈ ਹੈ ਇੱਕ ਪਾਸੋਂ। ਉਹਦੀ ਵਜ੍ਹਾ ਹੈ ਕਿ ਜਨਾਬ ਦੂਜੇ ਪਾਸੇ ਖੜਾ ਪਾਣੀ, ਉਦੋਂ ਪਿਟਰ ਦੀ ਨਾਲੀ ਨਾਲ ਜਨਾਬ ਇਹ ਪਾਣੀ ਕੱਢ ਕੇ ਦੂਜੀ ਸਾਈਡ ਲਈ ਆਉਂਦੇ ਨੇ, ਅਤੇ ਰਾਹ ਉਦੋਂ ਬੰਦ ਇਸ ਵਾਸਤੇ ਕੀਤਾ ਹੋਇਆ ਨੇ ਉਸ ਨਾਲੀ ਦੇ ਉੱਤੋਂ ਟ੍ਰੈਫਿਕ ਨਾ ਲੱਗੇ। ਇਹ ਅੱਗੇ ਹਾਲਾਤ ਤੁਸੀਂ ਆਹ ਵਿੰਦ ਪੈਵੇਂ ਜੱਟ ਇੱਕ ਬਾਰਸ ਜਿਹੜੀ ਹੈ ਨਾ, ਉਸ ਆਪਣਾ ਮੂੰਹ ਵਿਖਾਇਆ, ਦਰਸ਼ਨ ਕਰਾਇਆ, ਸੋ ਤੇ ਆਹ ਹਾਲਾਤ ਹੋਏ ਪਏ। ਕੰਮ ਗੋਡੇ ਗੋਡੇ ਤੋਂ ਤਾਂ ਨਿਕਲ ਗਿਆ ਹੈ। ਜਨਾਬ ਤੁਸੀਂ ਵਹਿੰਦੇ ਪਏ ਹੋ, ਹੁਣ ਇਹ ਪਾਣੀ ਜਨਾਬ ਵਾਲੀ ਵੈਸੇ ਨਿਕਾਸੀਆਂ ਦੀ ਬਿਲਕੁਲ ਕੋਈ ਨਹੀਂ, ਬਈ ਗਟਰਾਂ ਦੇ ਜ਼ਰੀਏ ਨਿਕਲ ਜਾਵੇ ਨਾ। ਇੱਥੇ ਹੁਣ ਲਿਸਣ ਗਿਆ ਪਿਟਰ, ਔਰ ਪਿਟਰ ਨਾਲ ਪਾਣੀ ਕੱਢਿਆ ਜਾ ਸੀ। ਮੈਂ ਵੀ ਮੁੜੇ ਤੋਂ ਥੱਲੂ ਰੱਖ ਕੇ ਜਾਵਣ ਦੇਵਾਂ। ਇਹ ਲਓ ਜਨਾਬ ਅਲੀ, ਆ ਹਿਸਾਬ ਕਿਤਾਬ ਹੈ। ਮੈਂ ਕਿਹਾ ਹੌਲੀ ਹੌਲੀ ਜਾਵਣ ਦਿੰਦੇ ਹਾਂ, ਟ੍ਰੈਫਿਕ ਕੋਈ ਪਈ ਚੰਗੀ ਬਲੀ ਜਾਮ ਹੋ। ਆਹ ਮੌਲਵੀ ਦਾ ਵੇਲਾ, ਮੌਲਵੀ ਦਾ ਸਕੂਟਰ ਹੋ ਗਿਆ ਬੰਦ। ਮੌਲਵੀ ਸਾਹਿਬ ਹੋਰੀ ਨੇ ਹੌਲੀ ਹੌਲੀ ਗੋਟਾ ਵੱਟ ਕੇ ਜਨਾਬ ਵਾਲੀ ਟੋਰੀ ਵਧੇ ਨਾ। ਲੈ ਆਹ ਸਾਹਮਣਾ ਕੰਮ ਹੋਇਆ ਪਿਆ ਹੈ, ਅੱਗੋਂ ਵੀ ਟ੍ਰੈਫਿਕ ਹੋ ਅਤੇ ਪਿੱਛੋਂ ਵੀ ਟ੍ਰੈਫਿਕ ਹੋ ਅਤੇ ਉਹ ਵੇਖ ਲਓ ਗੱਡੀ ਦੇ ਹਾਲਾਤ ਵੇਖ ਲਓ ਕਿਤਨੀ ਇੱਕ ਹੋ ਜਾਣਾ ਬੜੀ। ਓਏ ਹੌਲੀ 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 ਇਹ ਉੱਥੇ ਨਹੀਂ ਖੈਰ ਹੋ ਜਾਵੇ। ਤੋਬਾ ਯਾ ਅੱਲਾ ਮੇਰੀ ਤੋਬਾ। ਓਏ ਹੋਏ ਹੋਏ ਬਾਈ ਜਾਨ ਐਂਡ ਹੋਇਆ ਬਾਈ, ਛੱਲਾਂ ਪਈਆਂ ਵੱਜਦੀਆਂ ਨੇ, ਛੱਲਾਂ ਵੱਜਦੀਆਂ ਪਈਆਂ ਛੱਲਾਂ। ਆਲੂਆਂ ਦਾ ਬੀਜ ਕਢਾ ਕੇ ਲਈ ਜਾਂਦੇ ਨੇ, ਪਤਾ ਲਾਊ ਕਿੱਥੇ ਇਹਨੂੰ ਸਮਝ ਨਹੀਂ ਪੀ ਲੱਗਦੀ।
ਭਾਈ ਦੱਬੋ ਸੱਟ ਹੋਈ ਪਈ, ਬਹੁਤ ਪਾਣੀ ਖਲੋਤਾ ਹੋਇਆ ਹੈ ਔਰ ਬਾਰਿਸ਼ ਹੋਈ ਹੋਈ ਨੂੰ ਵੀ ਤਕਰੀਬਨ ਕਮੋ ਪੇਸ਼ ਹੋ 3 ਘੰਟੇ ਹੋ ਗਏ। ਆਹ ਡੋਲਾਂ ਵਾਲੇ ਜਾਂਦੇ ਫਿਰ ਅਗਲੇ ਹੁਣ ਕਿਹਦੀਆਂ ਕੰਮ ਸਿੱਧਾ ਕਰਨ ਆਪਣਾ, ਅਸੀਂ ਮੋੜੋ ਮੇਰੇ ਅੱਲਾ ਯਾ ਅੱਲਾ ਖੈਰ ਹੋਏ ਉਹ ਛੱਲਾਂ ਪਈਆਂ ਵੱਜਦੀਆਂ ਨਹੀਂ ਕੋਈ ਕੰਮ ਐਂਡ ਹੋਇਆ ਫਿਰ ਵਜਾ ਪਾਣੀ ਇਹਦੂ ਵਿੱਚੋਂ ਨਿਕਲ ਆਵੇ ਗੱਡੀ ਦੇ ਆਉਂ ਇੱਥੇ ਬਹਿ ਜਾਣਾ ਇਸ ਟਾਈਮ ਟ੍ਰੈਫਿਕ ਵਾਰਡਨ ਵੀ ਨਾ ਖਾਣ ਮੈਂ ਜਿਵੇਂ ਦੇ ਹਾਲਾਤ ਹੋਏ ਪਏ ਓਏ ਹੋਏ ਗੱਡੀ ਦੀ ਛੱਲਾਂ ਵੱਜਦੀਆਂ ਨੇ ਯਕੀਨ ਕਰੋ ਅੱਜ ਦੂਤਾਂ ਤਾਂ ਜਾ ਛੱਲਾਂ ਵੱਜਦੀਆਂ ਨੇ ਗੱਡੀ ਨੂੰ ਜਾਵਣ ਦੇ ਉਸਾਦ ਜਾਵਣ ਦੇ ਆਪਣਾ ਸਾਈਡ ਵੇਖ ਕੇ ਜਾਵਣ ਦੇ ਪੈੜਾ ਕੀਤਾ ਜੀ ਬੱਚਿਆਂ ਨੂੰ ਲਾਗ ਲੈਣ ਦੇਣਾ ਯਾ ਖੁਦਾ ਤੇਰਾ ਭਲਾ ਕਰੇ ਹੁਣ ਤਾਂ ਇਹ ਦੂਏ ਪਾਸੇ ਇੱਥੋਂ ਹੈ ਸਹੀ ਰਾਹ ਦੂਏ ਪਾਸੇ ਇੱਥੋਂ ਰਾਹ ਖੁੱਲ ਜਾਣਾ ਗਾ ਸਕੂਟਰ ਵਾਲਾ ਰੇਸ ਦੇ ਕੇ ਰੱਖੀ ਵਿਚਾਰੇ ਦਾ ਪੈਰ ਵੀ ਖਰਾਬ ਹੋ ਬੜੀ ਔਖਿਆਈ ਬਣੀ ਪਈ ਹੈ ਇਹ ਲੈ ਹੁਣ ਜਨਾਬ ਰਾਹ ਤਾਂ ਗਿਆ ਸਾਡਾ ਤਾਂ ਗਿਆ ਖੋਲੋ ਰੇਸ ਦੇ ਕੇ ਰੱਖੋ ਅਤੇ ਤਾਂ ਗੱਲ ਹੋਏ 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 ਯਕੀਨ ਕਰੋ ਸਮੁੰਦਰ ਦੀ ਛੱਲਾਂ ਤਾਂ ਅੱਗੇ ਕੁਝ ਵੀ ਨਾ ਹੋਈਆਂ ਕਈਆਂ ਬਾਈ ਆਪਣੇ ਸਕੂਟਰ ਬੰਦ ਇੱਥੇ ਕਰਕੇ ਤਾਂ ਬਹਿ ਰਹਿਣਾ ਹੈ ਮੁਤਬਾਦਲ ਰਸਤਾ ਹੈ ਕੋਈ ਨਾ ਆਹ ਹਾਲਾਤ ਨੇ ਹੁਣ ਤੁਹਾਨੂੰ ਮੈਂ ਦੱਸਦਾ ਮੈਂ ਜਾ ਕਿਹੜੀ ਹੈ ਚਨਿਓਟ ਵਾਲਿਆਂ ਤਾਂ ਬਿਲਕੁਲ ਪਤਾ ਹੈ ਉਹਨਾਂ ਨੇ ਕਾਹ ਨਹੀਂ ਬੋਲਿਆ ਕਿਹੜੀ ਜਾ ਹੈ ਲੇਕਿਨ ਦੂਏ ਜਿਹੜੇ ਦੋਸਤ ਆਏ ਨਾ ਉਹਨਾਂ ਨੂੰ ਮੈਂ ਦੱਸ ਦਿੰਦਾ ਕਿ ਜਨਾਬ ਅਲੀ ਇਹ ਚਨਿਓਟ ਦਾ ਫੈਸਲਾਬਾਦ ਰੋਡ ਹੈ ਅਤੇ ਇੱਥੋਂ ਨਿਵਾਣ ਹੈ ਬੜੀ ਅਤੇ ਪਾਣੀ ਜਾਂਦਾ ਖੜੋ ਅਤੇ ਖੜੋ ਵੀ ਰੱਜ ਜਾਂਦਾ ਹੈ ਥੋੜ੍ਹਾ ਬਾਲਾ ਵੀ ਨਹੀਂ ਖੜਾਉਂਦਾ ਅਤੇ ਇਹਦੇ ਨਾਲ ਜਨਾਬ ਅੱਲਾ ਬੇਲੀ ਤਾਂ ਰੱਬ ਰਾਖਾ ਵਸਦੇ ਰਹੋ ਤਿਸਦੇ ਰਹੋ।